ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੀ ਸਰੋਤਿਆਂ ਜੀ ਆਇਆਂ ਨੂੰ ਬੇਤਿਆ ਚ ਕੋਚਿੰਗ ਜਾ ਰਹੀਆਂ 7 ਵਿਦਿਆਰਥਣਾਂ ਨੂੰ ਬਲੇਰੋ ਨੇ ਕੁਚਲਿਆ ਦੇਖੋ ਵੀਡੀਓ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਆਤਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬੇਤਿਆ ਚ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੇਕਾਬੂ ਵਾਹਨ ਨੇ ਸਕੂਲ ਦੀਆਂ ਕਈ ਵਿਦਿਆਰਥੀਆਂ ਨੂੰ ਕੁਚਲ ਦਿੱਤਾ ਹਾਦਸੇ ਦੇ ਵਿੱਚ 7 ਵਿਦਿਆਰਥਣਾਂ ਜ਼ਖਮੀ ਹੋ ਗਈਆਂ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਬਿਹਾਰ ਦੇ ਬੇਤੀਆਂ ਚ ਇੱਕ ਵਾਰ ਫਿਰ ਤੇਜ਼ ਰਫਤਾਰ ਵਾਹਨ ਨੇ ਤਬਾਹੀ ਮਚਾਈ ਜਿੱਥੇ ਇੱਕ ਤੇਜ਼ ਰਫਤਾਰ ਬੇਕਾਬੂ ਬਲੈਰੋ ਨੇ 7 ਵਿਦਿਆਰਥੀਆਂ ਨੂੰ ਟੱਕਰ ਮਾਰੀ ਹਾਦਸੇ ਦਾ ਸ਼ਿਕਾਰ ਹੋਈਆਂ ਸਾਰੀਆਂ ਵਿਦਿਆਰਥਣਾਂ ਗੰਭੀਰ ਜ਼ਖਮੀ ਹੋ ਗਈਆਂ ਜਿਸ ਦਾ ਇਲਾਜ ਬੇਤੀਆ ਜੀਐਮਸੀਐਚ ਵਿੱਚ ਚੱਲ ਰਿਹਾ ਹੈ ਬੇਕਾਬੂ ਬਲੈਰੋ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਘਟਨਾ ਲੋਰੀਆ ਬੇਤੀਆ ਮੇਨ ਰੋਡ ਦੀ ਹੈ ਜੀ ਹਾਂ ਦੱਸਿਆ ਜਾਂਦਾ ਹੈ ਕਿ ਵੱਡਾ ਹਾਸਾ ਸੜਖਾਸਾ ਲੋਰੀਆਂ ਦੀ ਹੀਰੋ ਏਜੰਸੀ ਨੇੜੇ ਵਾਪਰਿਆ ਹਾਸ ਦਾ ਸ਼ਿਕਾਰ ਹੋਈਆਂ ਸਾਰੀਆਂ ਵਿਦਿਆਰਥਣਾਂ ਗੰਭੀਰ ਜ਼ਖਮੀ ਹੋ ਗਈਆਂ ਉਸ ਨੂੰ ਸਥਾਨਕ ਹਸਪਤਾਲ ਤੋਂ ਬੀਟੀਆਂ ਜੀ ਐਮ ਸੀ ਐਚ ਰੈਫਰ ਕਰ ਦਿੱਤਾ ਗਿਆ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ